ਪਿੰਡ ਲਹਿਰੀ 'ਚ ਕੁਝ ਵਿਅਕਤੀਆਂ ਨੇ ਜਬਰੀ ਇੱਕ ਘਰ ਵਿੱਚ ਵੜ ਕੇ ਕੀਤੀ ਫਾਇਰਿੰਗ। 3 ਅਣਪਛਾਤਿਆਂ ਸਮੇਤ 5 ਵਿਅਕਤੀਆਂ 'ਤੇ ਮਾਮਲਾ ਦਰਜ। ਸਾਰੀ ਘਟਨਾ ਘਰ 'ਚ ਲੱਗੇ CCTV ਕੈਮਰਿਆਂ ਵਿੱਚ ਹੋਈ ਕੈਦ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲਹਿਰੀ 'ਚ ਇੱਕ ਘਰ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਕੁਝ ਵਿਅਕਤੀਆਂ ਨੇ ਇੱਕ ਘਰ ਵਿੱਚ ਜਬਰੀ ਦਾਖਲ ਹੋ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀ ਪੁਲਿਸ ਨੇ 3 ਅਣਪਛਾਤਿਆਂ ਸਮੇਤ 5 ਵਿਅਕਤੀਆਂ 'ਤੇ ਵੱਖ ਵੱਖ ਤਰ੍ਹਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਸੰਬੰਧੀ ਪੀੜਤ ਰਾਜ ਸਿੰਘ ਅਤੇ ਪਰਿਵਾਰ ਦੀ ਔਰਤ ਵੀਰਪਾਲ ਕੌਰ ਨੇ ਕੀ ਕੁਝ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ। ਹਾਂਜੀ, ਕੀ ਨਾਂ ਤੁਹਾਡਾ ਜੀ? ਰਾਜ ਸਿੰਘ ਜੀ। ਪਿੰਡ ਕਿਹੜਾ ਜੀ? ਲਹਿਰੀ ਜੀ। ਕੀ ਮਾਮਲਾ ਸੀ ਬਜ਼ੁਰਗ, ਕੀ ਗੱਲਬਾਤ ਹੋਈ ਆ ਰਾਤ? ਰਾਤ ਜੀ ਆ ਕੇ ਉਹਨਾਂ ਨੇ ਬਾਹਰ ਖੜਕਾਈ। ਹਾਂਜੀ। ਅਤੇ ਮੈਂ ਉੱਠਿਆ ਬਿੜਕ ਲਈ ਜਦੋਂ ਜੀ, ਅਤੇ ਮੈਨੂੰ ਧੱਕਾ ਮਾਰ ਕੇ 5 ਨੇ, ਮੈਂ ਬੇਸੋਸ਼ ਹੋ ਗਿਆ ਜੀ। ਅਤੇ ਅੰਦਰ ਜਦੋਂ ਫਾਇਰਿੰਗ ਸ਼ੁਰੂ ਹੋ ਗਈ, ਮੈਨੂੰ ਕੋਈ ਪਤਾ ਨਹੀਂ ਕਿਵੇਂ ਕੁਛ ਹੋ ਗਈ ਹੈ, ਮੈਂ ਤਾਂ ਬਾਹਰ ਵੱਗ ਗਿਆ ਜੀ। ਉਦੋਂ ਬਾਅਦ ਮੈਨੂੰ ਕੋਈ ਫਾਇਰਿੰਗ ਕਰੀ ਗਈ। ਫਾਇਰਿੰਗ ਕਰੀ ਗਈ। ਹਾਂ, ਉਦੋਂ ਬਾਅਦ ਕੀ ਹੋਇਆ? ਵੱਗ ਗਏ ਜੀ। ਉਦੋਂ ਬਾਅਦ ਵੱਗ ਗਏ। ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ? ਮੰਗ ਤਾਂ ਅਸੀਂ ਇਹੀ ਕਰਦੇ ਜੀ ਵੀ ਕੋਈ ਸਾਡੀ ਸੁਣਵਾਈ ਹੋਵੇ ਵੀ ਕੀ ਗੱਲਬਾਤ ਹੈ, ਕੀ ਨਾ ਵੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਹੈ। ਵਜ੍ਹਾ ਤੋਂ ਅਸੀਂ ਤਾਂ ਕੋਈ ਗੱਲ ਹੀ ਨਹੀਂ ਕਰਦੇ, ਨਾ ਕੋਈ ਹੋਰ। ਠੀਕ ਹੈ। ਪੁਲਿਸ ਨਿਆਂ ਨਹੀਂ ਦਿੰਦੀ? ਸੁਣੋ ਜੀ, ਨਿਆਂ ਨਹੀਂ ਦਿੰਦੀ ਜੀ। ਠੀਕ ਜੀ। ਕੀ ਨਾਂ ਤੁਹਾਡਾ ਜੀ? ਵੀਰਪਾਲ ਕੌਰ। ਪਿੰਡ ਕਿਹੜਾ ਜੀ? ਲਹਿਰੀ। ਕੀ ਮਾਮਲਾ ਹੋਇਆ ਰਾਤ? ਫਾਇਰਿੰਗ ਹੋਈ ਹੈ ਤੁਹਾਡੇ ਘਰੇ, ਕੀ ਮਾਮਲਾ ਸੀ? ਫਾਇਰਿੰਗ ਜੀ, ਆਪਣੇ ਬਾਹਰੋਂ ਬੰਦੇ ਆਏ, ਬਾਹਰੋਂ ਗੇਟ ਭੰਨਣਾ ਸ਼ੁਰੂ ਕਰਤਾ ਜੀ ਉਹਨਾਂ ਨੇ, ਖੜਕਾਉਣਾ। ਅਸੀਂ ਅੰਦਰੋਂ ਆ ਕੇ ਪੁੱਛਿਆ ਵੀ ਭਾਈ ਕੌਣ ਹੋ ਤੁਸੀਂ? ਉਹ ਕਹਿੰਦੇ ਬਾਰ ਖੋਲੋ ਜੀ, ਅਸੀਂ ਤੁਹਾਨੂੰ ਮਾਰਨ ਵਾਸਤੇ ਆਏ ਹਾਂ। ਸਾਨੂੰ ਉਹਨਾਂ ਨੇ ਕੁਛ ਨਹੀਂ ਦੱਸਿਆ ਵੀ ਕੌਣ ਆ। ਅਸੀਂ ਕੈਮਰਾ ਆਨ ਕਰਕੇ ਦੇਖਿਆ, 5-6 ਬੰਦੇ ਸੀਗੇ, ਬਾਕੀ ਪਿੱਛੇ ਗੱਡੀਆਂ ਖੜੀਆਂ ਸੀ, ਸਾਨੂੰ ਕੁਛ ਨਹੀਂ ਪਤਾ ਜੀ ਉਹਨਾਂ ਬਾਰੇ। ਉਹਨਾਂ ਨੇ ਜੀ, ਅਸੀਂ ਅੰਦਰ ਜਾ ਕੇ ਰੌਲਾ ਪਾਇਆ ਜੀ, ਆਪਣੇ ਘਰਦਿਆਂ ਨੂੰ ਬੁਲਾਇਆ ਵੀ ਆਪਣੇ ਬਾਹਰ 'ਚ ਬੰਦੇ ਆ ਗਏ। ਉਹਨਾਂ ਨੇ ਫਾਇਰਿੰਗ ਸ਼ੁਰੂ ਕਰ, ਬੈਠਕ ਵਾਲਾ ਸਾਡੀ ਆਵਾਜ਼ ਸੁਣ ਕੇ ਜੀ, ਸਾਡੇ ਡੈਡੀ ਜੀ ਬੈਠਕ ਵਿੱਚ ਪਏ ਸੀਗੇ ਜੀ, ਗਲੀ 'ਤੇ ਬੈਠਕ ਆਪਣੀ, ਅਤੇ ਉੱਥੋਂ ਜੀ ਡੈਡੀ ਜੀ, ਜਦੋਂ ਡੈਡੀ ਹੋਰਾਂ ਨੇ ਲੈਟ ਆਨ ਕਰੀ ਜੀ, ਉਹਨਾਂ ਨੇ ਪਤਾ ਲੱਗਿਆ ਉਹਨਾਂ ਨੂੰ ਗੇਟ ਵੀ ਬੈਠਕ ਦਾ ਇੱਧਰ ਆ ਜੀ, ਉਹਨਾਂ ਨੇ ਉੱਧਰ ਦੀ ਜਾ ਕੇ ਗੇਟ ਖੜਕਾਇਆ ਜੀ, ਡੈਡੀ ਹੋਰਾਂ ਤੋਂ ਬਾਹਰ ਖਲਵਾ ਲਿਆ ਜੀ ਉਹਨਾਂ ਨੇ, ਲੱਤ ਮਾਰੀ ਜੀ ਗੇਟ ਦੇ ਵਿੱਚ, ਡੈਡੀ ਨੂੰ ਧੱਕਾ ਮਾਰ ਕੇ ਉਹ ਉੱਥੇ ਸਿੱਟ ਗਈ। ਅਸੀਂ ਉਦੋਂ ਪਹਿਲਾਂ ਹੀ ਜਦੋਂ ਵੀ ਗੇਟ ਖੜਕਣਾ ਸ਼ੁਰੂ ਹੋਇਆ ਸੀ, ਉਸ ਤੋਂ ਪਹਿਲਾਂ ਹੀ ਅੰਦਰੋਂ ਸਾਰੇ ਜਾਣੇ ਬਾਹਰ ਆ ਕੇ ਕੋਠੇ ਉੱਪਰ ਚਲੇ ਗਏ। ਉਹਨਾਂ ਨੇ ਸਾਡੇ ਵਿਹੜੇ ਦੇ ਵਿੱਚ ਆ ਕੇ ਫਾਇਰਿੰਗ ਸ਼ੁਰੂ ਕਰਤੀ ਬਚਾਉਣ ਦੇ ਲਈ। ਉਸ ਤੋਂ ਬਾਅਦ ਜੀ ਦੇਖੋ, ਸਾਡਾ ਕੋਈ ਕਿਸੇ ਨਾਲ ਰੰਜਸ ਨਹੀਂ ਹੈਗੀ, ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਜੀ। ਸਾਨੂੰ ਇਹ ਕੋਈ ਸਮਝ ਨਹੀਂ ਆ ਰਹੀ ਵੀ ਸਾਡੇ 'ਤੇ ਇਹ ਵਾਰ ਵਾਰ ਅਟੈਕ ਕਿਉਂ ਕਰ ਰਹੇ ਨੇ। ਪਹਿਲਾਂ ਵੀ ਕਰ ਗਏ ਸੀ? ਹਾਂਜੀ, ਪਹਿਲਾਂ ਵੀ ਅਟੈਕ ਹੋਇਆ, ਪਹਿਲਾਂ 16 ਮਾਰਚ 2019 ਨੂੰ 12:15 ਅਟੈਕ ਹੋਇਆ ਜੀ, ਐਤਕੀ ਵਾਰ 8:40 ਤੇ ਅਟੈਕ ਹੋਇਆ ਜੀ। ਹੱਥ ਲੈ ਕੇ ਆ ਰਹੇ ਜੀ, ਜਦੋਂ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਕੋਈ ਗੱਲ ਤਾਂ ਦੱਸੋ ਵੀ ਕੀ ਕਾਰਨ ਆ, ਕੀ ਗੱਲ ਆ, ਵੀ ਕੋਈ ਬੈਠ ਕੇ ਨਵੇੜਾ ਕਰੋ, ਕੋਈ ਵੀ ਗੱਲ ਰਾਹ ਨਹੀਂ ਪੈ ਰਹੀ ਜੀ। ਮੰਗ ਕੀ ਕਰਦੇ ਹੁਣ? ਮੰਗ ਅਸੀਂ ਇਹੀ ਕਰਦੇ ਜੀ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਡੇ ਛੋਟੇ ਬੱਚੇ ਆ ਜੀ, ਮੇਰੇ 3 ਬੇਟੀਆਂ ਨੇ ਜੀ, ਮੇਰੇ ਛੋਟੇ ਦੇਵਰ ਦੇ 2 ਬੇਟੇ ਆ ਜੀ, ਛੋਟੇ ਛੋਟੇ ਉਹ ਨੇ ਜੀ, 3 ਸਾਲ ਦਾ ਇੱਕ ਬੇਟਾ, 1 4 ਸਾਲ ਦਾ ਜੀ। ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੀ ਵੀ ਇਹ ਕੀ ਕਰ ਰਹੇ ਨੇ, ਕੀ ਨਹੀਂ ਕਰ ਰਹੇ, ਕੌਣ ਕਰਾ ਰਿਹਾ, ਕੀ ਸਿਆਸਤ ਚੱਲ ਰਹੀ ਹੈ ਇਸ ਗੱਲ ਦੇ ਵਿੱਚ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਪੁਲਿਸ ਨੂੰ ਤੁਸੀਂ ਬਿਆਨ ਲਿਖਾਤੇ ਜੀ? ਹਾਂਜੀ। ਹਾਂ, ਕੀ ਮੰਗ ਕੀ ਕਰਦੇ ਹੁਣ? ਮੰਗ ਅਸੀਂ ਇਹੀ ਕਰਦੇ ਹਾਂ ਜੀ, ਸਾਡੀ ਵੀ ਰੱਖਿਆ ਕੀਤੀ ਜਾਵੇ ਜੀ, ਸਾਡੇ ਛੋਟੇ ਛੋਟੇ ਬੱਚੇ ਆ ਜੀ, ਵੀ ਸਾਡੀ ਕੋਈ ਸੁਣਵਾਈ ਹੋਵੇ ਜੀ। ਹਾਂਜੀ ਸਰ, ਕੀ ਮਾਮਲਾ ਸੀ ਲਹਿਰੀ ਦਾ ਜੀ? ਲਹਿਰੀ ਪਿੰਡ ਦੇ ਵਿੱਚ ਰਾਤ ਸਾਨੂੰ ਕਰੀਬ 8:30 ਲਹਿਰੀ ਵਾਲੀ ਘਟਨਾ ਸੰਬੰਧੀ ਤਲਵੰਡੀ ਸਾਬੋ ਦੇ DSP ਜਸਮੀਤ ਸਿੰਘ ਤੇ ਸਿੰਘੋ ਦੇ ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਕੀ ਕਿਹਾ ਉਹ ਵੀ ਤੁਸੀਂ ਆਪ ਹੀ ਸੁਣੋ। ਅਸੀਂ ਰਾਜ ਸਿੰਘ ਪੁੱਤਰ ਗੁਰਦੇਵ ਸਿੰਘ, ਅਸੀਂ ਲਹਿਰੀ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਹੈਗਾ ਜੀ, ਤੇ ਮੌਕੇ ਤੇ SHO ਸਾਹਿਬ, DSP ਸਾਹਿਬ ਵੀ, ਉਹਨਾਂ ਨੇ ਵੀ ਮੌਕਾ ਦੇਖਿਆ। ਠੀਕ ਹੈ। ਵਜ੍ਹਾ ਰੰਜਿਸ਼ ਕੀ ਹੈ ਸਰ? ਵਜ੍ਹਾ ਰੰਜਿਸ਼ ਇਹਨਾਂ ਦੀ ਕੋਈ ਪਹਿਲਾਂ 1.5 ਸਾਲ ਪਹਿਲਾਂ ਲੜਾਈ ਹੋਈ ਸੀਗੀ ਜੀ, ਉਸੇ ਕਾਰਨ ਕਰਕੇ। ਠੀਕ ਹੈ। ਅਤੇ ਹੁਣ ਤੁਸੀਂ ਦੋਸ਼ੀਆਂ 'ਤੇ ਮਾਮਲਾ ਦਰਜ ਕਰਿਆ ਜੀ? ਹਾਂਜੀ, ਮੁਕਦਮਾ ਨੰਬਰ 215 ਦਰਜ ਕੀਤਾ ਹੈਗਾ। ਹਾਂਜੀ, 458-336। ਅਤੇ ਦੂਸਰੀ ਧਿਰ ਦੇ ਬਿਆਨ ਲੈਣ ਗਏ ਸੀ ਕੀ ਫਿਰ ਕੀ ਨੇ? ਹਾਂ, ਉਹ ਦੂਸਰੀ ਧਿਰ ਵੀ ਇੰਜਰਡ ਸੀਗੀ, ਉਹਨਾਂ ਦੇ ਬਿਆਨ ਲੈਣ ਵਾਸਤੇ ਗਏ ਸੀਗੇ। ਹਾਂਜੀ। ਇੱਕ ਸਿਮਰਨਪ੍ਰੀਤ ਸਿੰਘ ਕਾਲਾ ਗਾ, ਉਹ ਡਾਕਟਰ ਸਾਹਿਬ ਨੇ ਉਹਨੂੰ ਅਨਫਿਟ ਦਿੱਤਾ ਗਾ ਜੀ।
ਅਤੇ ਗੁਰਸੇਵਕ ਸਿੰਘ ਸਾਨੂੰ ਬਲਜਿੰਦਰ ਸਿੰਘ ਉਹ ਨਕ ਸਾਹਿਬ ਨੇ ਲਿਖਤਾ ਵੀ ਉਹ ਛੁੱਟੀ ਲੈ ਕੇ ਚਲਾ। ਠੀਕ ਹੈ। ਇੱਕ ਜਣੀ ਕਿ ਦਾਖਲਾ ਨਹੀਂ, ਤਿੰਨ ਦਾਖਲ ਸੀਗੇ, ਇੱਕ ਬੰਦੇ ਨੂੰ ਫਿੱਟ ਦਿੱਤਾ ਸੀ, ਉਹਨੇ ਕੋਈ ਆਪਦਾ ਸਟੇਟਮੈਂਟ ਨਹੀਂ ਦਿੱਤੀ। ਠੀਕ ਹੈ ਜੀ। ਅਨਫਿੱਟ ਸੀ ਉਹ? ਫਿੱਟ ਸੀਗਾ। ਠੀਕ ਹੈ। ਇੱਕ ਅਨਫਿੱਟ ਸੀਗਾ। ਠੀਕ ਹੈ। ਇੱਕ ਛੁੱਟੀ ਲੈ ਕੇ ਆ ਗਿਆ। ਠੀਕ। ਹੁਣ ਉਹਨਾਂ ਦੇ ਬਿਆਨ ਕੋਈ ਕੱਲ੍ਹ ਨੂੰ ਜਾਂ ਪਰਸੋਂ? ਹਾਂ, ਜਦੋਂ ਵੀ ਉਹ ਸਾਨੂੰ ਮਿਲਣਗੇ ਸਾਨੂੰ ਸਟੇਟਮੈਂਟ ਲਿਖਾਂਗੇ। ਠੀਕ ਹੈ। ਜੋ ਵੀ ਲਿਖਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਲਹਿਰੀ ਦੇ ਪੀੜਤ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਹੈ ਅਤੇ ਦੋਸ਼ੀ ਕਦੋਂ ਗ੍ਰਿਫਤਾਰ ਹੁੰਦੇ ਆ, ਇਹ ਤਾਂ ਸਮਾਂ ਹੀ ਦੱਸੇਗਾ। ਤਲਵੰਡੀ ਸਾਬੋ ਤੋਂ ਬਿਊਰੋ ਰਿਪੋਰਟ, ਚੜ੍ਹਦਾ ਪੰਜਾਬ ਖਬਰਨਾਮਾ। ਚੈਨਲ ਦੀ ਹਰ ਤਾਜ਼ੀ ਖਬਰ ਦੇਖਣ ਲਈ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਚੈਨਲ ਦਾ ਫੇਸਬੁੱਕ ਪੇਜ ਚੜ੍ਹਦਾ ਪੰਜਾਬ ਖਬਰਨਾਮਾ ਵੀ ਜ਼ਰੂਰ ਲਾਈਕ ਅਤੇ ਸ਼ੇਅਰ ਕਰੋ ਜੀ।